ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਪ੍ਰੀ ਵੈਡਿੰਗ ਦੇ ਮੌਕੇ ਤੇ ਵੱਡੇ ਵੱਡੇ ਕਲਾਕਾਰ ਅਤੇ ਗਾਇਕ ਪਹੁੰਚੇ ਹੋਏ ਸਨ। ਬਾਲੀਵੁੱਡ ਹੀ ਨਹੀਂ ਹਾਲੀਵੁੱਡ ਦੀਆਂ ਵੀ ਮਸ਼ਹੂਰ ਹਸਤੀਆਂ ਨੇ ਪ੍ਰੀ ਵੈਡਿੰਗ ਦੇ ਵਿੱਚ ਸ਼ਿਰਕਤ ਕੀਤੀ ਤੇ ਦੂਜੇ ਪਾਸੇ ਇਸ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਚਰਚੇ ਹਰ ਪਾਸੇ ਸੁਣਨ ਨੂੰ ਮਿਲ ਰਹੇ ਨੇ। ਦੱਸਿਆ ਜਾਂਦਾ ਹੈ ਦਿਲਜੀਤ ਦੁਸਾਂਝ ਨੇ ਆਪਣੀ ਗਾਇਕੀ ਅਤੇ ਪਰਫਾਰਮੈਂਸ ਦੇ ਨਾਲ ਸਾਰੇ ਆਏ ਹੋਏ ਮਹਿਮਾਨਾਂ ਦਾ ਦਿਲ ਜਿੱਤ ਲਿਆ ਤੇ ਇਸੇ ਤੋਂ ਬਾਅਦ ਹੀ ਹੁਣ ਕੰਗਨਾ ਰਣੌਤ ਦੇ ਵੱਲੋਂ ਵੀ ਇੱਕ ਤਿੱਖਾ ਨਿਸ਼ਾਨਾ ਸਾਧਿਆ ਗਿਆ ਹੈ। ਦਰਅਸਲ ਕੰਗਨਾ ਰਣੌਤ ਪ੍ਰੀ ਵੈਡਿੰਗ 'ਚ ਕਿਤੇ ਵੀ ਨਜ਼ਰ ਨਹੀਂ ਆਈ। ਇਸ ਤੋਂ ਬਾਅਦ ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਦੇ ਵਿੱਚ ਇੱਕ ਆਰਟੀਕਲ ਲਿਖਿਆ ਤੇ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਤੁਲਨਾ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦੇ ਨਾਲ ਕੀਤੀ। ਕੰਗਨਾ ਰਣੌਤ ਨੇ ਕਿਹਾ ਕਿ ਜਿਵੇਂ ਕੋਇਲ ਲਤਾ ਮੰਗੇਸ਼ਕਰ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਉਹ ਪੈਸੇ ਲਈ ਕਦੇ ਵੀ ਕਿਸੇ ਵੀ ਵਿਆਹ ਵਿੱਚ ਪਰਫਾਰਮ ਨਹੀਂ ਕਰੇਗੀ। ਇਸ ਲਈ ਉਹਨਾਂ ਦੀ ਤਾਰੀਫ ਕਰਦੇ ਹੋਏ ਕੰਗਨਾ ਰਣੌਤ ਨੇ ਅਸਿੱਧੇ ਤੌਰ ਤੇ ਸੈਲਬਸ ਤੇ ਚੁਟਕੀ ਲਈ ਹੈ। ਕੰਗਨਾ ਨੇ ਲਿਖਿਆ ਕਿ ਮੈਂ ਕਈ ਵਿੱਤੀ ਸਮੱਸਿਆਵਾਂ ਚੋਂ ਲੰਘੀ ਹਾਂ, ਪਰ ਲਤਾ ਜੀ ਤੇ ਮੈਂ ਉਹ ਦੋ ਲੋਕ ਹਾਂ ਜਿਨ੍ਹਾਂ ਦੇ ਗੀਤ ਬਹੁਤ ਹਿੱਟ ਹੋਏ ਨੇ, ਜਿਵੇਂ ਕਿ ਫੈਸ਼ਨ ਕਾ ਜਲਵਾ, ਘਣੀ ਬਾਵਲੀ ਹੋ ਗਈ, ਲੰਡਨ ਠੁਮਕਦਾ, ਸਾਡੀ ਗਲੀ ਅਤੇ ਹੋਰ ਬਹੁਤ ਗੀਤ। ਭਾਵੇਂ ਮੈਨੂੰ ਕਿੰਨਾ ਵੀ ਲਾਲਚ ਦਿੱਤਾ ਗਿਆ ਹੋਵੇ, ਪਰ ਮੈਂ ਕਦੇ ਵਿਆਹਾਂ 'ਚ ਡਾਂਸ ਨਹੀਂ ਕੀਤਾ। ਮੈਨੂੰ ਕਈ ਆਈਟਮ ਸੌਂਗ ਵੀ ਆਫਰ ਕੀਤੇ ਗਏ ਨੇ। ਜਲਦੀ ਹੀ ਮੈਂ ਅਵਾਰਡ ਸ਼ੋਅਜ਼ ਤੋਂ ਵੀ ਦੂਰੀ ਬਣਾ ਲਵਾਂਗੀ। ਪ੍ਰਸਿੱਧੀ ਅਤੇ ਪੈਸੇ ਨੂੰ ਨਾ ਕਹਿਣ ਲਈ ਮਜ਼ਬੂਤ ਚਰਿੱਤਰ ਅਤੇ ਮਾਣ ਦੀ ਲੋੜ ਹੁੰਦੀ ਹੈ। ਸ਼ਾਰਟਕਟ ਦੀ ਦੁਨੀਆ ਵਿੱਚ ਨੌਜਵਾਨ ਪੀੜ੍ਹੀ ਨੂੰ ਇਹ ਸਮਝਣ ਦੀ ਲੋੜ ਹੈ ਕਿ ਇੱਕ ਬੰਦਾ ਇੱਕੋ ਇੱਕ ਦੌਲਤ ਕਮਾ ਸਕਦਾ ਹੈ, ਉਹ ਹੈ ਇਮਾਨਦਾਰੀ ਦੀ ਦੌਲਤ। ਅਜਿਹੇ 'ਚ ਕੈਸਟੇ ਲਗਾਏ ਜਾ ਰਹੇ ਨੇ ਕਿ ਕੰਗਨਾ ਰਣੌਤ ਦੇ ਵੱਲੋਂ ਦਿਲਜੀਤ ਦੁਸਾਂਝ ਦੇ ਨਾਲ ਨਾਲ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਦੇ ਉੱਤੇ ਵੀ ਚੁਟਕੀ ਲਈ ਗਈ ਹੈ। ਕੰਗਨਾ ਦੇ ਇਸ ਇੰਸਟਾਗ੍ਰਾਮ ਸਟੋਰੀ ਤੋਂ ਬਾਅਦ ਤੁਸੀਂ ਕੀ ਸੋਚਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜ਼ਰੂਰ ਦੱਸਿਓ।